ਹੈਲੋ ਐਵਰੀਵਨ, ਵੈਲਕਮ ਬੈਕ ਟੂ ਮਾਈ ਚੈਨਲ। ਸਾਰਿਆਂ ਨੂੰ ਜੀ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਅੱਜ ਆਪਾਂ ਬਣਾਉਣ ਜਾ ਰਹੇ ਹਾਂ ਜੀ ਬੱਚਿਆਂ ਦੀ ਬਹੁਤ ਹੀ ਮਨਪਸੰਦ ਰੈਸਪੀ ਹੈ ਜਿਹੜੀ ਚੂਰੋਜ਼। ਬਹੁਤ ਹੀ ਆਸਾਨ ਹੈ ਬਣਾਉਣ ਲਈ। ਜਿਸ ਲਈ ਆਪਾਂ ਨੇ ਅੱਧਾ ਕੱਪ ਲਿਆ ਮੈਦਾ, 1 ਕੱਪ ਲਿਆ ਪਾਣੀ ਅਤੇ 2 ਆਂਡੇ। ਆਂਡੇ ਦੀ ਜਗ੍ਹਾ ਤੁਸੀਂ ਬੇਕਿੰਗ ਪਾਊਡਰ ਪਾ ਸਕਦੇ ਹਾਂ। ਅਤੇ ਜੀ ਆਪਣਾ ਬਟਰ, 50 ਗ੍ਰਾਮ ਬਟਰ ਹੈ, ਸੋਲਟਡ ਬਟਰ ਹੈ। ਜੇਕਰ ਅਨਸੋਲਟਡ ਬਟਰ ਹੈ ਤੁਹਾਡੇ ਕੋਲ ਤਾਂ ਉਸਦੇ ਵਿੱਚ ਤੁਸੀਂ 1 ਤੋਂ 2 ਪਿੰਚ ਨਮਕ ਪਾ ਸਕਦੇ ਹੈ, ਪਰ ਮੇਰੇ ਕੋਲ ਸੋਲਟ ਵਾਲਾ ਬਟਰ ਹੈ ਇਸ ਕਰਕੇ ਮੈਂ ਨਮਕ ਨਹੀਂ ਪਾਇਆ। ਕੜਾਹੀ ਆਪਾਂ ਨੇ ਗੈਸ 'ਤੇ ਰੱਖ ਲਈ ਜੀ। ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਇਸਦੇ ਵਿੱਚ ਪਾਣੀ। ਅਤੇ ਨਾਲ ਦੀ ਨਾਲ ਹੀ ਪਾ ਦਾਂਗੇ ਬਟਰ। ਹੁਣ ਆਪਾਂ ਪਾਣੀ ਅਤੇ ਬਟਰ ਨੂੰ ਮਿਕਸ ਕਰ ਲੈਣਾ ਚੰਗੀ ਤਰ੍ਹਾਂ। ਇਸ ਤੁਸੀਂ ਹਲਕੀ ਜਿਹੀ ਚੀਨੀ ਦਾ ਪਾਊਡਰ ਵੀ ਪਾ ਸਕਦੇ ਹੋ, ਹਲਕਾ ਜਿਹਾ ਮਿੱਠਾ ਤੁਹਾਨੂੰ ਵਿੱਚ ਚਾਹੀਦਾ। ਵੈਸੇ ਤਾਂ ਜਿਹੜੀ ਆਪਾਂ ਨੇ ਡਿਪ ਬਣਾਉਣੀ ਹੈ ਚੋਕਲੇਟ ਵਾਲੀ, ਉਹਦੇ ਨਾਲ ਬਹੁਤ ਟੇਸਟੀ ਲੱਗਦੇ ਹੈ। ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਹਾਂ। ਇਹ ਦੇਖੋ ਜੀ ਬਟਰ ਆਪਣਾ ਮਿਕਸ ਹੋ ਗਿਆ ਇਹਦੇ ਵਿੱਚ। ਅਤੇ ਹੁਣ ਆਪਾਂ ਨਾ ਇਹਦੇ ਵਿੱਚ ਜਿਹੜਾ ਆਪਣਾ ਮੈਦਾ ਸੀਗਾ ਉਹ ਮਿਕਸ ਕਰ ਲਾਂਗੇ। ਲੰਬ ਨਹੀਂ ਕੋਈ ਵੀ ਰਹਿਣਾ ਚਾਹੀਦਾ, ਇਹਨੂੰ ਐਨ ਥੋੜ੍ਹਾ ਜਿਹਾ ਆਪਾਂ 2-4 ਮਿੰਟ ਪਕਾ ਲੈਂਦੇ ਹਾਂ ਮੈਦੇ ਨੂੰ। ਇੱਕ ਤਾਂ ਇਕੱਠਾ ਹੋ ਜੂਗਾ ਅਤੇ ਇੱਕ ਇਹਦਾ ਥੋੜ੍ਹਾ ਜਿਹਾ ਕੱਚਾ ਬਣ ਜਾ ਜਿਹੜਾ ਨਿਕਲ ਜੂਗਾ। ਇਸ ਤਰ੍ਹਾਂ ਕਰਕੇ ਆਪਾਂ 2 ਤੋਂ 3 ਮਿੰਟ ਪਕਾ ਲਾਂ। ਇਹ ਦੇਖੋ ਜੀ ਆਪਣਾ ਇਹ ਨਾ ਇਕੱਠਾ ਹੋਣ ਲੱਗ ਗਿਆ, ਪਰ ਫਿਲਹਾਲ ਥੋੜ੍ਹਾ ਜਿਹਾ ਨਾ ਇਹਨੂੰ ਚਿਪਕ ਰਿਹਾ, ਥੋੜ੍ਹਾ ਜਿਹਾ ਆਪਾਂ ਇਹਨੂੰ ਹੋਰ ਭੁੰਨ ਲਾਂਗੇ। ਭੁੰਨਣਾ ਕਿ ਜਦੋਂ ਇਹਨੂੰ ਛੱਡ ਦੂਗਾ ਨਾ ਕੜਾਹੀ ਨੂੰ ਆਪਣੀ ਪੈਨ ਨੂੰ, ਉਦੋਂ ਤੱਕ ਆਪਾਂ ਹਿਲਾਉਂਦੇ ਰਵਾਂਗੇ ਇਹਨੂੰ ਤਾਂ ਕਿ ਆਪਣਾ ਇਹ ਚੰਗੀ ਤਰ੍ਹਾਂ ਮਿਕਸ ਹੋ ਜਾਵੇ। ਦੇਖੋ ਪਤਲਾ ਵੀ ਨਹੀਂ ਹੈਗਾ, ਗਾੜਾ ਵੀ ਨਹੀਂ ਹੈਗਾ, ਬਹੁਤ ਵਧੀਆ ਬਣ ਕੇ ਮਿਕਸਚਰ ਤਿਆਰ ਹੈ। ਇੰਨੀ ਕੁ ਆਪਾਂ ਨੂੰ ਥਿਕਨੈਸ ਚਾਹੀਦੀ ਹੈ ਇਹਦੀ। ਇਹ ਦੇਖੋ ਜੀ ਬਟਰ ਐਨ ਮਿਕਸ ਹੋ ਗਿਆ ਇਹਦੇ ਵਿੱਚ, ਅਤੇ ਘਿਓ ਜਾ ਇਹਦਾ ਬਾਹਰ ਆਉਣਾ ਸਟਾਰਟ ਹੋ ਗਿਆ। ਹੁਣ ਆਪਾਂ ਇਹਨੂੰ ਕਰਦੇ ਹਾਂ ਬੰਦ ਅਤੇ ਕੜਾਹੀ ਨੂੰ ਪੈਨ ਨੂੰ ਨੀਚੇ ਉਤਾਰ ਲਓ। ਇਹ ਦੇਖੋ ਜਿਹੜੇ ਆਪਣੇ ਆਂਡੇ ਸੀ ਨਾ ਦੋਨੋਂ ਆਪਾਂ ਨੇ ਥੋੜ੍ਹੇ ਜਿਹੇ ਫੈਂਟ ਲਏ, ਅਤੇ ਆਪਣਾ ਜਿਹੜਾ ਮਿਕਸਚਰ ਬਣਾਇਆ ਸੀਗਾ ਥੋੜ੍ਹਾ ਥੋੜ੍ਹਾ ਕਰਕੇ ਆਪਾਂ ਨੇ ਇਹਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਐਡ ਕਰ ਲਾਂਗੇ, ਕਿਉਂਕਿ ਇਹ ਘੋਲ ਜਿਹਾ ਆਪਣਾ ਗਰਮ ਹੈ ਨਾ, ਇਹਦੇ ਕਰਕੇ ਆਂਡਾ ਵੀ ਵਿੱਚ ਬੜੀ ਚੰਗੀ ਤਰ੍ਹਾਂ ਮਿਕਸ ਹੋ ਜੂਗਾ। ਜਿਹੜਾ ਇਹ ਸੀਗਾ ਬਚਿਆ ਹੋਇਆ ਇਹ ਵੀ ਆਪਾਂ ਨੇ ਪਾ ਲੈਣਾ। 2 ਆਂਡੇ ਪਾਏ ਆਪਾਂ ਨੇ, ਅਤੇ ਹੁਣ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਹਾਂ, ਸਮੂਥ ਬਣਾ ਲਾਂਗੇ। ਸਮੂਥ ਕਰ ਲੈਂਦੇ ਹਾਂ ਇਹਨੂੰ ਚੰਗੀ ਤਰ੍ਹਾਂ। ਇਹ ਦੇਖੋ ਜੀ ਆਪਣਾ ਬੈਟਰ ਬਣ ਕੇ ਤਿਆਰ ਹੈ। ਇਸ ਤਰ੍ਹਾਂ ਦਾ ਕੁਛ ਹੋਣਾ ਚਾਹੀਦਾ। ਜਾਂ ਤਾਂ ਹੁਣ ਜਿਹੜੇ 1 ਆਉਂਦੇ ਆ ਜਿਹੜੇ ਆਪਣੇ ਪਾਈਪਿੰਗ ਬੈਗ ਆਉਂਦੇ ਆ, ਜਾਂ ਤਾਂ ਤੁਸੀਂ ਉਹਨਾਂ ਦੇ ਵਿੱਚ ਬਣਾ ਕੇ ਪਾ ਕੇ ਇਹਨੂੰ ਬਣਾ ਸਕਦੇ ਆ, ਜਾਂ ਫਿਰ ਮੇਰੀ ਤਰ੍ਹਾਂ ਤੁਸੀਂ ਜਿਹੜੀ ਇਹ ਨਮਕੀਨ ਵਾਲੀ ਗੰਨ ਹੁੰਦੀ ਹੈ ਇਸ ਦੇ ਵਿੱਚ ਪਾ ਕੇ ਇਹ ਐਵੇਂ ਦੀ ਜਾਲੀ 'ਚ ਬਣਾ ਸਕਦੇ ਆ, ਤੁਸੀਂ ਸ਼ੇਪ ਦੇ ਸਕਦੇ ਆ। ਮੈਂ ਇਸ ਦੇ ਨਾਲ ਬਣਾਉਂਗੀ, ਦਿਖਾਉਂਦੀ ਹਾਂ ਤੁਹਾਨੂੰ ਬਣਾ ਕੇ।
ਦੇਖੋ ਜੀ, ਮੈਨੂੰ ਨਾ ਬੈਟਰ ਥੋੜਾ ਜਿਹਾ ਪਤਲਾ ਲੱਗ ਰਿਹਾ ਸੀਗਾ, ਇਸ ਕਰਕੇ ਮੈਂ ਇੱਕ 1.5 ਚਮਚ ਇਹਦੇ ਵਿੱਚ ਹੋਰ ਮੈਦਾ ਪਾ ਕੇ ਨਾ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ। ਜਿਵੇਂ ਆਪਣੇ ਗੁਲਗੁਲੇ ਜਾਂ ਆਪਾਂ ਨਮਕੀਨ ਵਗੈਰਾ ਬਣਾਉਂਦੇ ਆ ਨਾ, ਉਵੇਂ ਥਿਕਨੈਸ ਹੋਣੀ ਚਾਹੀਦੀ ਹੈ ਇਹਦੀ। ਹੁਣ ਦੇਖੋ ਬਿਲਕੁਲ ਠੀਕ ਹੈ, ਹੁਣ ਆਪਾਂ ਇਹਨੂੰ ਮਸ਼ੀਨ ਦੇ ਵਿੱਚ ਪਾ ਲਾਂਗੇ। ਇਹ ਦੇਖੋ ਜੀ, ਆਪਾਂ ਨੇ ਇਹਦੇ ਵਿੱਚ ਗੰਨ ਦੇ ਵਿੱਚ ਲਾ ਲਿਆ ਆਇਲ ਥੋੜ੍ਹਾ ਜਿਹਾ। ਹੁਣ ਆਪਾਂ ਇਹਨੂੰ ਭਰ ਲਾਂਗੇ ਇਹਦੇ ਨਾਲ ਬੈਟਰ ਨਾਲ। ਇਸ ਤਰ੍ਹਾਂ ਕਰਕੇ ਸਾਰੀ ਭਰ ਲੈਂਦੇ। ਆਇਲ ਆਪਣਾ ਗਰਮ ਹੋ ਚੁੱਕਿਆ ਜੀ, ਤੁਸੀਂ ਕੋਈ ਵੀ ਆਇਲ ਲੈ ਸਕਦੇ ਹੈ। ਇਸ ਤਰ੍ਹਾਂ ਕਰਕੇ ਆਪਾਂ ਨੇ ਪਾਈਪਿੰਗ ਬੈਗ 'ਚ ਪਾ ਲਿਆ, ਉਹਦੇ ਵਿੱਚ ਗੰਨ ਦੇ ਵਿੱਚ ਥੋੜ੍ਹਾ ਮੋਟਾ ਬਣ ਰਿਹਾ ਸੀਗਾ। ਅਤੇ ਹੁਣ ਇੱਕ ਲੈ ਲਈ ਆਪਾਂ ਨੇ ਕੈਂਚੀ, ਹੁਣ ਆਪਾਂ ਇਹਨੂੰ ਸ਼ੇਪ ਬਣਾਵਾਂਗੇ ਇਹਦੀ। ਇਸ ਤਰ੍ਹਾਂ ਕਰਕੇ ਕੱਟ ਲਾਂਗੇ ਇਹਨੂੰ, ਇਸ ਤਰ੍ਹਾਂ ਕਰਕੇ ਨਾ ਸਾਰੇ ਲੰਬੇ ਲੰਬੇ, ਅਤੇ ਨਾ ਜ਼ਿਆਦਾ ਗਰਮ ਹੋਣਾ ਚਾਹੀਦਾ ਵੀ, ਬਹੁਤ ਜ਼ਿਆਦਾ ਗਰਮ ਹੋਵੇ, ਅਤੇ ਨਾ ਬਹੁਤਾ ਠੰਡਾ ਚਾਹੀਦਾ। ਇਸ ਤਰ੍ਹਾਂ ਕਰਕੇ ਬਣਾ ਲਾਂਗੇ ਆਪਾਂ ਸਾਰੇ ਹੀ, ਬੜੇ ਵਧੀਆ ਬਣ ਜਾਂਦੇ ਹੈ, ਜਲਦੀ ਹੀ ਬਣਨ ਵਾਲੀ ਰੈਸਪੀ ਹੈ ਇਹਨਾਂ ਨੂੰ। ਇਸ ਤਰ੍ਹਾਂ ਕਰਕੇ ਬੱਚਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੇ ਹੈ। ਜਿਵੇਂ ਵੀ ਤੁਸੀਂ ਥੋੜ੍ਹੇ ਡਾਰਕ ਕਲਰ ਦੇ ਕੱਢਣੇ ਹੈ, ਲਾਈਟ ਕਲਰ ਦੇ ਕੱਢਣੇ ਹੈ, ਚੰਗੀ ਤਰ੍ਹਾਂ ਇਹਨਾਂ ਨੂੰ ਪਕਾ ਲੈਣਾ, ਉਹ ਤੁਹਾਡੀ ਆਪਣੀ ਮਰਜ਼ੀ ਹੈ ਡਾਰਕ ਲਾਈਟ ਕਲਰ ਕਰਨਾ। ਅਤੇ ਥੋੜ੍ਹਾ ਜਿਹਾ ਆਪਾਂ ਇਹਨਾਂ ਨੂੰ ਪਕਾ ਲੈਂਦੇ ਹਾਂ। ਇਹ ਦੇਖੋ ਜੀ, ਆਪਣੇ ਚੂਰੋ ਜੀ ਜਿਹੜੇ ਪਾਏ ਸੀਗੇ ਆਪਾਂ ਨੇ, ਬਿਲਕੁਲ ਤਿਆਰ ਹੈ। ਇਹ ਦੇਖੋ ਆਪਾਂ ਨੇ ਇਸ ਤਰ੍ਹਾਂ ਇਹਨਾਂ ਨੂੰ ਟਿਸ਼ੂ ਪੇਪਰ 'ਤੇ ਕੱਢ ਲੈਣਾ, ਅਤੇ ਸਾਰੇ ਹੀ ਆਪਾਂ ਇਸੇ ਤਰ੍ਹਾਂ ਬਣਾ ਲਾਂਗੇ, ਤੁਹਾਨੂੰ ਮਿਲਦੇ ਹਾਂ ਬਣਾਉਣ ਤੋਂ ਬਾਅਦ। ਹੁਣ ਆਪਾਂ ਬਣਾਵਾਂਗੇ ਇਹਦੀ ਚੋਕਲੇਟ ਡਿਪ। ਪਹਿਲਾਂ ਆਪਾਂ ਨੇ ਥੋੜ੍ਹਾ ਜਿਹਾ ਇਸ 'ਚ ਦੁੱਧ ਪਾ ਲੈਂਦੇ ਹਾਂ। ਦੁੱਧ ਨੂੰ ਆਪਾਂ ਹਲਕਾ ਜਿਹਾ ਨਾ ਗਰਮ ਹੋਣ ਲਈ ਰੱਖਦੇ ਹਾਂ, ਹਲਕਾ ਜਿਹਾ ਗਰਮ ਹੋ ਜਾਵੇ। ਫਿਰ ਆਪਾਂ ਇਸਦੇ ਵਿੱਚ ਪਾਵਾਂਗੇ ਚੋਕਲੇਟ, ਇੰਨੀ ਕੁ ਆਪਾਂ ਨੇ ਚੋਕਲੇਟ ਲੈ ਲਈ। ਤੁਸੀਂ ਆਪਣੀ ਮਰਜ਼ੀ ਮੁਤਾਬਕ ਜ਼ਿਆਦਾ ਘੱਟ, ਜਿੰਨੀ ਕੁ ਵੀ ਤੁਹਾਨੂੰ ਡਿਪ ਚਾਹੀਦੀ ਹੈ ਨਾ ਉਨੀ ਕੁ ਬਣਾ ਸਕਦੇ ਹੋ। ਦੁੱਧ ਆਪਣਾ ਹਲਕਾ ਜਿਹਾ ਗਰਮ ਹੋ ਗਿਆ, ਅਤੇ ਹੁਣ ਆਪਾਂ ਨੇ ਇਸਦੇ ਵਿੱਚ ਚੋਕਲੇਟ ਪਾਤੀ। ਹੁਣ ਬਣ ਜਾਣੀ ਹੈ ਜੀ, ਜਿਵੇਂ ਜਿਵੇਂ ਪਿਘਲਦੀ ਜਾਊਗੀ ਚੋਕਲੇਟ ਡਿਪ ਆਪਣੀ ਤਿਆਰ ਹੋ ਜੂਗੀ। ਇਹ ਦੇਖੋ ਜੀ, ਆਪਣੀ ਚੋਕਲੇਟ ਡਿਪ ਤਿਆਰ ਹੋ ਚੁੱਕੀ ਹੈ, ਅਤੇ ਹੁਣ ਆਪਾਂ ਇਹਨੂੰ ਪਲੇਟ 'ਚ ਪਾਉਂਦੇ ਹਾਂ। ਚੂਰੋਜ਼ ਆਪਣੇ ਤਿਆਰ ਹੋ ਚੁੱਕੇ ਹਨ, ਡਿਪ ਆਪਣੀ ਤਿਆਰ ਹੈ ਜੀ। ਹੁਣ ਆਪਾਂ ਇਹਨਾਂ ਦੇ ਵਿੱਚ ਸ਼ੂਗਰ ਮਿਲਾਉਂਦੇ ਹਾਂ ਚੂਰੋਜ਼ ਦੇ ਉੱਪਰ। ਇਹ ਦੇਖੋ ਕਿੰਨੇ ਵਧੀਆ ਲੱਗ ਰਹੇ ਆਪਣੇ ਚੂਰੋਜ਼ ਬਣੇ ਹੋਏ। ਜੇ ਤੁਹਾਨੂੰ ਮੇਰੀ ਰੈਸਪੀ ਚੰਗੀ ਲੱਗਦੀ ਹੈ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ। ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।